ਢੇੜੀ ਜੀ, ਗੁਰਦੀਪ ਕਟਾਰੀਆ ਜੀ ਅਤੇ ਸਮਸ਼ਪੁਰ ਨਗਰ ਤੋਂ ਆਏ ਹੋਏ ਪਿੰਡ ਦੇ ਨਿਵਾਸੀ ਹੋ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਪੰਚੀ ਦੀਆਂ ਚੋਣਾਂ 'ਚ ਸਿਰਫ ਕੱਲ੍ਹ ਦਾ ਦਿਨ ਵਿਚਾਲੇ ਰਹਿ ਗਿਆ, ਪਰਸੋਂ 30 ਤਰੀਕ ਨੂੰ ਸਰਪੰਚੀ ਦੀਆਂ ਚੋਣਾਂ ਦਾ ਇਲੈਕਸ਼ਨ ਹੋਣਾ ਅਤੇ ਸ਼ਾਮ ਤੱਕ ਨਤੀਜੇ ਵੀ ਤੁਹਾਡੇ ਸਾਹਮਣੇ ਹੋਣੇ। ਪਿੰਡ ਦੇ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਅਪੀਲ ਕਰਨੀ ਚਾਹੁੰਦਾ ਕਿ ਜੋ ਪਿੰਡ ਦੀ ਸਰਪੰਚੀ ਦਾ ਇਲੈਕਸ਼ਨ ਹੁੰਦਾ, ਇੱਕ ਪਿੰਡ ਵਾਸੀ ਲਈ ਸਭ ਤੋਂ ਅਹਿਮ ਰੋਲ ਉਹਦੇ 'ਚ ਅਦਾ ਕਰਦਾ, ਕਿਉਂਕਿ ਪਿੰਡ ਦੀਆਂ ਜੋ ਵੀ ਮੁੱਢਲੀ ਸਹੂਲਤਾਂ ਹੁੰਦੀਆਂ ਨੇ ਜਾਂ ਪਿੰਡ ਦੀ ਜੋ ਵੀ ਆਮ ਨਿੱਜੀ ਜ਼ਿੰਦਗੀ ਨਾਲ ਰਿਲੇਟਡ ਜੋ ਵੀ ਕੰਮ ਹੁੰਦੇ ਨੇ, ਉਹਨਾਂ ਲਈ ਸਰਪੰਚ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ। ਤਾਂ ਪਿੰਡ ਦੇ ਲਈ ਸਰਪੰਚੀ ਦਾ ਜੋ ਵੀ ਵਿਅਕਤੀ ਨੁਮਾਇੰਦਾ ਚੁਣਿਆ ਜਾਂਦਾ, ਉਹਦੀ ਚੋਣ ਬਹੁਤ ਹੀ ਸੂਝਵਾਨ ਤਰੀਕੇ ਨਾਲ, ਪਾਰਟੀਬਾਜ਼ੀ ਤੋਂ ਉੱਠ ਕੇ ਬਹੁਤ ਹੀ ਸਾਫ਼ ਸੁਥਰੇ ਤਰੀਕੇ ਨਾਲ ਕਰਨੀ ਚਾਹੀਦੀ ਹੈ। ਤਾਂ ਮੇਰੇ ਪਿੰਡ ਦੇ ਵਾਸੀਓ, ਅਸੀਂ ਆਉਂਦੇ ਹੋਏ ਤੁਹਾਡੇ ਪਿੰਡ 'ਚ ਦੇਖਿਆ ਕਿ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ ਅਤੇ ਵੱਖ ਵੱਖ ਸਰਪੰਚੀ ਦੇ ਨੁਮਾਇੰਦੇ ਵੀ ਰਹੇ ਨੇ ਕਿ ਤੁਹਾਡਾ ਪਿੰਡ ਮੁੱਢਲੀਆਂ ਸਹੂਲਤਾਂ ਤੋਂ ਵੀ ਮੈਨੂੰ ਵਾਂਝਾ ਹੀ ਲੱਗਿਆ। ਪਿੰਡ ਦੇ ਵਿੱਚ ਕੋਈ ਨਾ ਸਟਰੀਟ ਲਾਈਟ ਹੈ, ਨਾ ਕੋਈ ਪਾਣੀ ਦੇ ਨਿਕਾਸ ਦੀ ਵਿਵਸਥਾ ਸਹੀ ਹੈ, ਨਾ ਕੋਈ ਗਲੀਆਂ ਨਾਲੀਆਂ ਦਾ ਸਹੀ ਪ੍ਰਬੰਧ ਰਿਹਾ। ਤਾਂ ਅੱਜ ਤੁਹਾਡੇ ਹੱਥ 'ਚ ਉਹ ਪਾਵਰ ਆਉਣ ਵਾਲੀ ਹੈ ਕਿ ਤੁਸੀਂ ਪਿੰਡ ਦੇ ਲਈ ਇੱਕ ਸਾਫ਼ ਸੁਥਰਾ ਵਧੀਆ ਨੁਮਾਇੰਦਾ ਚੁਣੋ, ਤਾਂ ਕਿ ਪਿੰਡ ਦੀ ਵਧੀਆ ਵਿਕਾਸ ਹੋ ਸਕੇ। ਤੁਹਾਡੇ ਵਿੱਚ ਰਜਿੰਦਰਪਾਲ ਸਿੰਘ ਰਿੱਕੀਮਾਨ ਜੀ ਮੌਜੂਦ ਨੇ, ਕਾਂਗਰਸ ਪਾਰਟੀ ਦੀ ਸਰਕਾਰ ਜਿਵੇਂ ਪਤਾ ਹੀ ਹੈ ਤੁਹਾਨੂੰ ਹੈਗੀ ਹੈ, ਅਤੇ ਪਿੰਡ ਦੇ ਵਿਕਾਸ ਲਈ ਤੁਸੀਂ ਭਜਨ ਸਿੰਘ ਜੀ ਨੂੰ ਸਰਪੰਚੀ ਦਾ ਨੁਮਾਇੰਦਾ ਜਿਵੇਂ ਖੜਾ ਕੀਤਾ, ਤੁਸੀਂ ਜਿਤਾਓ, ਪਿੰਡ ਦੇ ਵਿੱਚ ਵਧੀਆ ਗ੍ਰਾਂਟ ਤੁਹਾਡੇ ਪਿੰਡ 'ਚ ਪਊਗੀ ਅਤੇ ਪਿੰਡ ਦਾ ਜੋ ਵੀ ਵਿਕਾਸ ਹੈ ਉਸ ਬਹੁਤ ਵਧੀਆ ਅਤੇ ਸੁਚੱਜੇ ਢੰਗ ਨਾਲ ਕੀਤਾ ਜਾਊ। ਧੰਨਵਾਦ ਕਰ ਦੋ। ਤੁਹਾਡੇ ਵਿੱਚ ਸਰਦਾਰ ਰਜਿੰਦਰਪਾਲ ਸਿੰਘ ਰਿੱਕੀਮਾਨ ਜੀ ਦੋ ਸ਼ਬਦ ਸਾਂਝੇ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੋਂ ਪਹਿਲਾਂ ਪਵਨ ਜੀ ਨੇ ਬੜਾ ਚੰਗੀ ਤਰ੍ਹਾਂ ਤੁਹਾਨੂੰ ਸਾਰੀ ਗੱਲ ਦੱਸਤੀ ਹੈ ਅਤੇ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਲੈਕਸ਼ਨ ਹੁੰਦੀ ਹੈ ਜਿਹੜੀ ਸਰਪੰਚੀ ਦੀ ਇਲੈਕਸ਼ਨ ਹੁੰਦੀ ਹੈ, ਇਹ ਤੁਹਾਡੇ ਆਪਣੇ ਨਗਰ ਦੀ ਇਲੈਕਸ਼ਨ ਹੈ। ਇਹਦੇ 'ਚ ਆ ਤਾਂ ਹੈ ਨਹੀਂ ਕਿ ਵੀ ਚੋਣ ਨਿਸ਼ਾਨ ਮਿਲਦਾ ਕਿਸੇ ਪਾਰਟੀ ਦਾ। ਹੁਣ ਇੱਥੇ ਵੀ ਤੁਹਾਡੇ ਦੋ ਕੈਂਡੀਡੇਟ ਹੈਗੇ ਨੇ, ਦੂਜੇ ਕੈਂਡੀਡੇਟ ਵੀ ਕਾਂਗਰਸ ਪਾਰਟੀ ਨਾਲ ਹੀ ਸੰਬੰਧਿਤ ਰੱਖਦੇ ਨੇ, ਤੁਸੀਂ ਵੀ ਸਾਡੇ ਨਾਲ ਕਾਂਗਰਸ ਪਾਰਟੀ ਨਾਲ ਸੰਬੰਧਿਤ ਰੱਖਦੇ ਹੋ। ਮੈਂ ਤਾਂ ਸਿਰਫ ਅੱਜ ਇੱਥੇ ਆਹੀ ਅਪੀਲ ਕਰਨ ਆਇਆ ਸਾਰਿਆਂ ਨੂੰ ਕਿ ਵੀ ਆਪਾਂ ਸੋਚ ਸਮਝ ਕੇ ਫੈਸਲਾ ਲੈਣਾ, ਜਿਹੜਾ ਤੁਹਾਨੂੰ ਸਹੀ ਲੱਗੇ, ਜਿਹੜਾ ਤੁਹਾਡੇ ਨਗਰ ਵਾਸਤੇ ਠੀਕ ਲੱਗੇ ਕਿ ਸਾਡੇ ਨਗਰ ਵਾਸਤੇ ਇਹ ਬੰਦਾ ਵਧੀਆ ਕੰਮ ਕਰ ਸਕਦਾ, ਕਿ ਸਾਡੇ ਨਗਰ ਵਾਸਤੇ ਇਹ ਨੁਮਾਇੰਦਾ ਸਾਡਾ ਠੀਕ ਹੈ, ਤੁਸੀਂ ਉਹਨੂੰ ਚੁਣਨਾ, ਇਹ ਫੈਸਲਾ ਤੁਸੀਂ ਲੈਣਾ। ਸਾਨੂੰ ਤਾਂ ਜਿਹੜਾ ਤੁਸੀਂ ਦੇ ਦੋਗੇ ਸਾਡੇ ਸਿਰਮੱਥੇ, ਆਹ ਮੇਰਾ ਭਰਾ ਹੈ ਭਾਲੂ, ਮਾਤਾ ਜੀ ਖੜ੍ਹੇ ਨੇ, ਮੇਰੇ ਸਮਝ ਲਓ ਮੇਰੀ ਮਾਂ ਖੜ੍ਹੀ ਹੈ, ਸੋ ਤੁਸੀਂ ਇਹਨਾਂ ਦਾ ਸਾਥ ਦਿਓ ਮਾਤਾ ਜੀ ਦਾ, ਅਤੇ ਬਾਕੀ ਤੁਸੀਂ ਸਾਰੇ ਸਿਆਣੇ ਹੋ, ਫੈਸਲਾ ਤੁਹਾਡਾ ਹੈ, ਤੁਸੀਂ ਸਹੀ ਫੈਸਲਾ ਕਰਕੇ ਸਾਨੂੰ ਦਿਓ 30 ਤਰੀਕ ਨੂੰ ਪਰਸੋਂ ਵੋਟਾਂ ਪਾ ਕੇ। ਪਰ ਇੰਨੀ ਕੁ ਬੇਨਤੀ ਹੈ ਅਤੇ ਮਾਨਸਾ ਵੱਲੋਂ ਅਤੇ ਸਾਡੇ ਪਰਿਵਾਰ ਵੱਲੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ ਮੋਲ ਸਾਹਿਬ, ਤੁਹਾਡੇ ਪਿੰਡ ਅੱਜ ਰਿੱਕੀਮਾਨ ਸਾਹਿਬ ਜੀ ਆਏ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਕਹਿੰਦੇ ਬਹੁਤ ਰਿੱਕੀਮਾਨ ਜੀ ਨੂੰ ਅਸੀਂ ਲਿਆਇਆ ਪਿੰਡ ਦੇ ਵਿੱਚ ਨਗਰ 'ਚ, ਅਤੇ ਸਾਡੇ ਨਗਰ ਵਿੱਚ ਹੁਣ ਸਰਪੰਚੀ ਦੇ ਇਲੈਕਸ਼ਨ ਦਾ ਬਿਗਲ ਵੱਜ ਚੁੱਕਾ,
ਆਹ 2 ਦਿਨ ਨੂੰ ਸਾਡੇ ਪਿੰਡ ਇਲੈਕਸ਼ਨ ਹੋਣੀ 30 ਤਰੀਕ ਨੂੰ, ਅਸੀਂ ਅੱਜ ਬੁਲਾ ਕੇ ਉਹਨਾਂ ਦਾ ਧੰਨਵਾਦ ਕੀਤਾ, ਨਾਲੇ ਉਹਨਾਂ ਸਾਨੂੰ ਥੋੜ੍ਹੀ ਜਿਹੀ ਉਦਾਹਰਣ ਦਿੱਤੀ ਹੈ ਵੀ ਆਪਾਂ ਇੱਕ ਪਾਰਟੀ ਪਿੰਡ ਦੇ ਵਿੱਚ ਬਣ ਕੇ ਸਾਰੇ ਪਿੰਡ ਦਾ ਵਿਕਾਸ ਵਾਸਤੇ ਆਪਾਂ ਚੁਣਨਾ, ਵਧੀਆ ਨੁਮਾਇੰਦਾ ਚੁਣਨਾ। ਅਸੀਂ ਆਪਦੇ ਪਿੰਡ ਵੱਲੋਂ ਇੱਕ ਹਰਭਜਨ ਸਿੰਘ ਸਾਡੇ ਨਾਲ ਨੇ ਮੌਜੂਦ, ਇਹਨਾਂ ਵਾਸਤੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਅਤੇ ਅਸੀਂ ਉਹਨੂੰ ਸਰਪੰਚ ਬਣਾ ਕੇ ਤਾਂ ਰਿੱਕੀ ਮਾਨ ਜੀ ਦੀ ਝੋਲੀ ਵਿੱਚ ਪਾਵਾਂਗੇ, ਅਤੇ ਇਹਨਾਂ ਦੇ ਵਿਕਾਸ ਦੇ ਵੱਲ ਧਿਆਨ ਦੇ ਕੇ ਉਹਨਾਂ ਤੋਂ ਅਸੀਂ ਗ੍ਰਾਂਟਾਂ ਲੈਣੀਆਂ, ਜੋ ਵੀ ਕਰਨਾ ਅਸੀਂ ਕੰਮ ਤਾਂ ਉਹਨਾਂ ਦੇ ਅੰਡਰੇ ਅਸੀਂ ਕੰਮ ਕਰਾਂਗੇ। ਸਰਪੰਚੀ ਦਾ ਉਮੀਦਵਾਰ ਖੜਾ ਹੈ, ਇਹਨਾਂ ਦਾ ਚੋਣ ਨਿਸ਼ਾਨ ਲਮਾਰੀ ਹੈ, ਅਤੇ ਉਹਨੂੰ ਨਗਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਕਿ ਪਿੰਡ ਦਾ ਵਿਕਾਸ ਕਰ ਸਕੀਏ। ਮੇਰੇ ਪਿੰਡ ਵਾਲਿਆਂ ਨੂੰ ਮੈਂ ਅਪੀਲ ਕਰਦਾ, ਮੇਰਾ ਚੋਣ ਨਿਸ਼ਾਨ ਲੰਬਾਰੀ, ਉਹਨੂੰ ਵੱਧ ਤੋਂ ਵੱਧ ਚੜ੍ਹ ਕੇ ਵੋਟਾਂ ਪਾਓ ਜੀ, ਮੈਂ ਪਿੰਡ ਦੀ ਸੇਵਾ ਕਰ ਸਕਾਂ।